ਸਸ਼ੀਕਲ ਜੀ ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬ ਲੈਂਡ ਚੈਨਲ 'ਚ ਸੋ ਲੈ ਕੇ ਆ ਗਏ ਆ ਜੀ ਦੋਸਤੋ ਤੁਹਾਡੇ ਲਈ ਅੱਜ ਇੱਕ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਦੋਸਤੋ ਆਪਾਂ ਗੱਲ ਕਰਾਂਗੇ 25 April ਦੇ ਪੰਜਾਬ ਤੇ ਹਰਿਆਣਾ ਦੇ ਮੌਸਮ ਬਾਰੇ ਸੋ ਦੋਸਤੋ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਮਿਲ ਚੁੱਕੀ ਹੈ ਜੀ 25 ਤਰੀਕ ਨੂੰ ਜਿਹੜਾ ਹੈ April ਨੂੰ ਭਾਰੀ ਮੀਂਹ ਪਵੇਗਾ ਜੀ ਸੋ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ 'ਚ ਮੀਂਹ ਭਾਰੀ ਮੀਂਹ ਪੈ ਸਕਦਾ ਹੈ ਤੇ ਹਰਿਆਣਾ ਦੇ ਕਿਹੜੇ ਕਿਹੜੇ ਇਲਾਕਿਆਂ 'ਚ ਪੈ ਸਕਦਾ ਹੈ ਪੂਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਗੈਨੇ ਕਿ ਜਿੰਨੇ ਜੇਕਰ ਸਾਡੇ ਚੈ ਤੁਹਾਨੂੰ ਦੋਸਤੋ ਆਪਾਂ ਗੱਲ ਕਰਦੇ ਆਂ ਪਹਿਲਾਂ ਪੰਜਾਬ ਦੀ ਤੇ ਪੰਜਾਬ ਦੇ ਅੰਮ੍ਰਿਤਸਰ ਬਟਾਲਾ ਮਜੀਠਾ ਜਲੰਧਰ ਤਰਨਤਾਰਨ ਸਾਹਿਬ ਪੱਟੀ ਸੁਲਤਾਨਪੁਰ ਲੋਧੀ ਸ਼ਾਹਕੋਟ ਲੁਧਿਆਣਾ ਮੋਗਾ ਜਗਰਾਉਂ ਰਾਇਕੋਟ ਜੀਰਾ ਮਫੂ ਫਿਰੋਈਪੁਰ ਫਰੀਦਕੋਟ ਕੋਟਕਪੂਰਾ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਮੰਡੀ ਡੱਬ ਵਾਲੀ ਮਾਨਸਾ ਸੋ ਇਹਨਾਂ ਤੇ ਇਹਨਾਂ ਨਾਲ ਦੇ ਇਲਾਕਿਆਂ 'ਚ 25 April ਨੂੰ ਸਾਰਾ ਦਿਨ ਜਿਹੜਾ ਕਿ ਬੱਦਲਵਾਈ ਛਾਈ ਰਹੇਗੀ ਤੇ ਇਹਨਾਂ ਇਲਾਕਿਆਂ 'ਚ ਬਹੁਤ ਜਿਹੜਾ ਕਿ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਸੋ ਜੇਕਰ ਗੱਲ ਕਰੀਏ ਆਪਾਂ ਹਰਿਆਣਾ ਦੀ ਹਰਿਆਣਾ ਦੇ ਜਿੰਦ ਨਰਵਾਣਾ ਅਸਾਂਧ ਹਿਸਾਰ ਗੋਹਾਣਾ ਰੌਤਕ ਸ਼ਿਵਾਨੀ ਮਹਿਮ ਵਿਵਾਨੀ ਇਹਨਾਂ ਤੇ ਇਹਨਾਂ ਨਾਲ ਦੇ ਇਲਾਕਿਆਂ 'ਚ ਜਿਹੜਾ ਕਿ 25 April ਨੂੰ ਬਹੁਤ ਭਾਰੀ ਮੀਂਹ ਪਵੇਗਾ ਤੇ ਸਾਰਾ ਦਿਨ ਜਿਹੜਾ ਕਿ ਬੱਦਲ ਗਰਜ ਰਹੇਗੀ ਤੇ ਕਾਲੇ ਬੱਦਲ ਜਿਹੜਾ ਕਿ ਛਾਈ ਰਹਿਣਗੇ। ਸੋ ਦੋਸਤੋ ਏਸ਼ੀਆ ਆਪਣਾ 25 April ਦਾ ਪੰਜਾਬ ਤੇ ਹਰਿਆਣਾ ਦਾ ਮੌਸਮ। ਸੋ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਸਾਡੇ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਸੋ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ।